ਅੱਜ ਤਾਜ ਪੋਸ਼ੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਟੇਜ ਤੋਂ ਬਹੁਤ ਗਰਜੇ, ਬਹੁਤ ਜੋਸ਼ ਨਾਲ ਬੋਲੇ। ਉਹਨਾਂ ਨੇ ਕਿਹਾ ਕਿ ਹਰ ਕਾਂਗਰਸੀ ਵਰਕਰ ਮੇਰੀ ਪੱਗ ਦਾ ਲੜ ਹੈ। ਅੱਜ ਸਿਰਫ ਮੈਂ ਪ੍ਰਧਾਨ ਨਹੀਂ ਬਣਿਆ, ਅੱਜ ਹਰ ਕਾਂਗਰਸੀ ਵਰਕਰ ਪ੍ਰਧਾਨ ਬਣਿਆ। ਪਰ ਅਫਸੋਸ ਉਦੋਂ ਹੋਇਆ ਕਾਂਗਰਸੀ ਵਰਕਰਾਂ ਨੂੰ ਜਦ ਮੋਗਾ ਵਿਖੇ ਸੜਕ ਹਾਦਸੇ ਦੌਰਾਨ ਮਰੇ ਕਾਂਗਰਸੀ ਵਰਕਰਾਂ ਦੀ ਅਤੇ ਆਮ ਵਿਅਕਤੀਆਂ ਦੀ ਮੌਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੋ ਲਫ਼ਜ਼ ਵੀ ਉਹਨਾਂ ਬਾਰੇ ਨਹੀਂ ਬੋਲੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਨਵਜੋਤ ਜ਼ਰਾ ਇੱਧਰ ਧਿਆਨ ਦਿਓ, ਤੁਹਾਡਾ ਧਿਆਨ ਮੇਰੇ ਵੱਲ ਨਹੀਂ ਹੈ। ਤੁਹਾਡੀ ਉਮਰ ਸ਼ਾਇਦ ਮਹਿਜ 6 ਸਾਲ ਦੀ ਹੋਵੇਗੀ ਜਦ ਮੈਂ ਤੁਹਾਡੇ ਘਰ ਤੁਹਾਡੇ ਪਿਤਾ ਜੀ ਨੂੰ ਮਿਲਣ ਆਉਂਦਾ ਸੀ, ਔਰ ਮੈਂ ਉਸ ਸਮੇਂ ਫੌਜ ਛੱਡ ਕੇ ਜਦੋਂ ਵਾਪਸ ਆਇਆ ਸੀ ਤੁਹਾਡੇ ਪਿਤਾ ਜੀ ਨੇ ਪ੍ਰੇਰਿਆ ਸੀ ਕਿ ਤੂੰ ਪੋਲੀਟਿਕਸ ਵੱਲ ਆ। ਇਸ ਗੱਲ 'ਤੇ ਚੁਸਕੀਆਂ ਲੈਂਦੇ ਭਗਵੰਤ ਮਾਨ ਨੇ ਕਿਹਾ ਕਿ ਜਵਾਬ ਦੇ ਕੈਪਟਨ ਹੈ, ਗਲਤੀਆਂ ਕੈਪਟਨ ਦੀਆਂ ਹਨ, ਵਾਅਦੇ ਪੂਰੇ ਕੈਪਟਨ ਤੋਂ ਨਹੀਂ ਹੋਏ, ਅਤੇ ਅਹੁਦੇ ਤੋਂ ਜਾਖੜ ਨੂੰ ਕਿਉਂ ਲਾ ਦਿੱਤਾ। ਨਵਜੋਤ ਸਿੱਧੂ ਨੇ ਕਿਹਾ, ਕਾਂਗਰਸ ਪਾਰਟੀ ਇੱਕ ਜੁੱਟ ਹੈ, ਇੱਕ ਮੁੱਠ ਹੈ, ਪਰ ਉਸ 'ਤੇ ਸਵਾਲ ਉਦੋਂ ਖੜ੍ਹੇ ਹੋ ਗਏ ਜਦੋਂ ਸੁਨੀਲ ਜਾਖੜ ਨੇ ਸਟੇਜ ਤੋਂ ਬੋਲਦੇ ਹੋਏ ਕਿਹਾ, ਆਈ ਐਮ ਨੋਟ ਹੇਅਰ ਟੂ ਚੈਲੰਜ ਐਨੀ ਵਨ, ਪਰ ਮੈਂ ਸਭ ਜਾਣਦਾ ਕਿਹਨਾਂ ਦੀ ਸ਼ਾਹ ਨਾਲ ਗੱਲ ਚੱਲਦੀ ਸੀ, ਕਿਹਨਾਂ ਦੀ ਕੇਜਰੀਵਾਲ ਨਾਲ ਗੱਲ ਚੱਲਦੀ ਸੀ, ਔਰ ਕਿਹਨੇ ਟਪੂਸੀ ਮਾਰ ਕੇ ਕਿੱਧਰ ਜਾਣਾ ਸੀ। ਮੈਨੂੰ ਸਭ ਪਤਾ ਹੈ, ਮੈਨੂੰ ਭੁਲੇਖਿਆਂ 'ਚ ਨਾ ਪਾਓ। ਪਰ ਇਸ ਪੋਲੀਟਿਕਸ ਤੋਂ ਉੱਪਰ ਉੱਠ ਕੇ ਇੱਕ ਹੋਰ ਸੁਨੇਹਾ ਵੀ ਤੁਹਾਨੂੰ ਦੇਣਾ ਚਾਹੁੰਦੇ, ਇੱਕ ਹੋਰ ਖਬਰ ਵੀ ਤੁਹਾਡੇ ਤੱਕ ਅੱਪੜ ਵੀ ਕਰਨਾ ਚਾਹੁੰਦੇ ਹਾਂ। ਉਹ ਇਹ ਹੈ ਕਿ ਸੋਨੂ ਸੂਦ ਫਿਲਮੀ ਅਦਾਕਾਰ ਮੋਗੇ ਮੌਜੂਦ ਸਨ। ਉਹ ਹਸਪਤਾਲ ਵਿੱਚ ਪਹੁੰਚੇ, ਸਿਵਲ ਹਸਪਤਾਲ ਵਿੱਚ ਪਹੁੰਚੇ, ਜਦ ਪਤਾ ਲੱਗਿਆ ਕਿ ਦੋ ਬੱਸਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ। ਉਹਨਾਂ ਨੇ ਕਿਹਾ, ਮੈਂ ਕੁਝ ਬਹੁਤਾ ਕਰਨ ਯੋਗਾ ਤਾਂ ਨਹੀਂ ਹਾਂ, ਪਰ ਜਿਹੜੇ ਵਿਅਕਤੀ ਫੱਟੜ ਹਨ 25,000 ਰੁਪਏ ਦੀ ਰਕਮ ਉਹਨਾਂ ਨੂੰ ਦੇਵਾਂਗਾ, ਔਰ ਜਿਹੜੇ ਪਰਿਵਾਰਾਂ ਦੇ ਜੀ ਵਿਛੋੜਾ ਦੇ ਗਏ ਹਨ 50,000 ਦੀ ਰਕਮ ਉਹਨਾਂ ਨੂੰ ਵੀ ਦੇਵਾਂਗਾ। ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ, ਮਾਲੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਸਾਰਿਆਂ ਨੂੰ ਫੋਨ ਵੀ ਦੇਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਸੁਣਨ 'ਚ ਆਇਆ ਕਿ ਲੋਕਾਂ ਦੇ ਫੋਨ ਗਵਾ ਚੁੱਕੇ ਹਨ। ਪੀਪਤੀ ਨਵਾਂਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਸੂਰੀ। ਦੋਸਤੋ, ਅੱਜ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸੀ। ਨਵਜੋਤ ਸਿੰਘ ਸਿੱਧੂ ਬਹੁਤ ਖੁਸ਼ ਨਜ਼ਰ ਆਏ। ਨਵਜੋਤ ਸਿੱਧੂ ਦੇ ਚਿਹਰੇ 'ਤੇ ਬਹੁਤ ਰੌਣਕ ਸੀ, ਬਹੁਤ ਚਾਹੋ ਜਲਾਲ ਸੀ, ਉਹਨਾਂ ਦੇ ਸਮਰਥਕਾਂ ਵਿੱਚ ਵੀ ਬਹੁਤ ਜੋਸ਼ ਸੀ। ਪਰ ਅਫਸੋਸ ਉਦੋਂ ਹੋਣਾ ਸ਼ੁਰੂ ਹੋ ਗਿਆ ਜਦੋਂ ਰੈਲੀ ਵਿੱਚ ਜਾਂਦੇ ਜਾਂਦੇ ਕਾਂਗਰਸੀ ਵਰਕਰ ਸਿਵਲ ਹਸਪਤਾਲ ਵਿੱਚ ਪਹੁੰਚ ਗਏ। ਹਾਲਾਂਕਿ ਇਹ ਖੁਸ਼ੀ ਦੀਆਂ ਤਸਵੀਰਾਂ ਸੀ ਕਾਂਗਰਸੀ ਵਰਕਰਾਂ ਲਈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਇਕੱਲਾ ਮੈਂ ਪ੍ਰਧਾਨ ਨਹੀਂ ਬਣਿਆ, ਅੱਜ ਹਰ ਵਰਕਰ ਪ੍ਰਧਾਨ ਬਣ ਗਿਆ। ਪਰ ਲੋਕ ਇਹ ਸਵਾਲ ਪੁੱਛ ਰਹੇ ਨੇ ਕਿ ਨਵੇਂ ਬਣੇ ਪ੍ਰਧਾਨ ਨੇ, ਜਿਹੜੇ 3 ਪ੍ਰਧਾਨ ਅੱਜ ਸੜਕ 'ਤੇ ਜਿਹੜੇ ਸਦੀਵੀ ਵਿਛੋੜਾ ਦੇ ਗਏ ਆਪਣੇ ਪਰਿਵਾਰਾਂ ਨੂੰ, ਜਾਂ 2 ਹੋਰ ਵਿਅਕਤੀ ਵੀ ਜਿਨ੍ਹਾਂ ਦੀ ਮੌਤ ਹੋ ਗਈ, ਉਹਨਾਂ ਬਾਰੇ ਇੱਕ ਲਫ਼ਜ਼ ਵੀ ਕਿਉਂ ਨਹੀਂ ਬੋਲਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ, ਕਾਂਗਰਸੀ ਵਰਕਰਾਂ ਦੀ ਤਾਕਤ ਲੋਕਾਂ ਦੇ ਹੱਕਾਂ ਨੂੰ ਬਹਾਲ ਕਰੇਗੀ, ਲੋਕਾਂ ਦੇ ਮਸਲੇ ਹੱਲ ਕਰਵਾਏਗੀ। ਪਰ ਉੱਥੇ ਹੀ ਕੈਪਟਨ ਸਾਹਿਬ ਦਾ ਟਵੀਟ ਆ ਜਾਂਦਾ, ਲੇਕਿਨ ਹਾਲੇ ਤੱਕ ਸਿੱਧੂ ਸਾਹਿਬ ਦਾ ਕੋਈ ਟਵੀਟ ਨਹੀਂ ਆਇਆ। ਨਵਜੋਤ ਸਿੱਧੂ ਨੇ ਸਟੇਜ ਤੋਂ ਇਹ ਵੀ ਕਿਹਾ ਕਿ ਦੋਸਤੋ, ਮੈਂ ਇਹ ਕਹਿਣਾ ਚਾਹੁੰਦਾ ਕਿ 3 ਲੱਖ ਰੁਪਏ ਦਾ ਜਿਹੜਾ ਕਰਜ਼ਾ ਹੈ ਉਹ ਸਰਕਾਰਾਂ ਨੇ ਨਹੀਂ ਲਾਉਣੀਆਂ, ਉਹ ਆਮ ਵਿਅਕਤੀ ਨੇ ਲਾਉਣਾ, ਕਿਉਂਕਿ ਤੁਸੀਂ ਮੇਰੇ ਦੋਸਤੋ ਚਾਹ ਪੱਤੀ 'ਤੇ ਵੀ ਟੈਕਸ ਦਿੰਦੇ ਹੋ, ਟੁੱਥਪੇਸਟ 'ਤੇ ਵੀ ਟੈਕਸ ਦਿੰਦੇ ਹੋ। ਉਸ ਸਮੇਂ ਲੱਗਿਆ ਕਿ ਸਿੱਧੂ ਸਾਹਿਬ ਬਹੁਤ ਗੰਭੀਰ ਹਨ, ਅੱਜ ਮਸਲੇ ਕਿਵੇਂ ਹੱਲ ਹੋਣੇ ਨੇ ਉਸ 'ਤੇ ਗੱਲ ਹੋਏਗੀ, ਲੇਕਿਨ ਆਪਣੀ ਪੂਰੀ ਲਾਈਨ ਉਹਨਾਂ ਨੇ ਕੰਪਲੀਟ ਨਹੀਂ ਕੀਤਾ। ਉਸ ਤੋਂ ਬਾਅਦ ਇਹ ਕਹਿਤਾ ਕਿ ਕਾਂਗਰਸ ਪਾਰਟੀ ਇੱਕ ਜੁੱਟ ਹੈ, ਇੱਕ ਮੁੱਠ ਹੈ, ਪਰ ਮਸਲੇ ਹੱਲ ਕਿਵੇਂ ਹੋਣੇ ਨੇ ਇਹ ਨਹੀਂ ਦੱਸਿਆ, ਉਸ ਦਾ ਹੱਲ ਕਿਵੇਂ ਕਰਨਗੇ ਇਹ ਨਹੀਂ ਦੱਸਿਆ। ਉਹਨਾਂ ਨੇ ਜ਼ਰੂਰ ਕਿਹਾ ਕਿ ਮੈਂ ਆਪਣਾ ਬਿਸਤਰਾ ਇੱਥੇ ਲਗਾ ਲਾਂਗਾ, ਬਿਸਤਰਾ 15 ਅਗਸਤ ਤੋਂ ਲਗਾ ਲਾਂਗਾ, ਪਰ 15 ਅਗਸਤ ਆਉਣ ਨੂੰ ਹਾਲੇ ਸਮਾਂ ਹੈ, ਲੋਕ ਤਾਂ ਹਾਲੇ ਵੀ ਤਪੇ ਪਏ ਹਨ, ਲੋਕ ਤਾਂ ਹਾਲੇ ਵੀ ਪਰੇਸ਼ਾਨ ਹਨ, ਲੋਕਾਂ ਦੇ ਸਿਰ 'ਤੇ ਤਾਂ ਹਾਲੇ ਵੀ ਕਰਜ਼ਾ ਖੜ੍ਹਾ ਹੈ। ਪਰ ਇਸ 'ਤੇ ਚੁਸਕੀਆਂ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਗਲਤੀ ਕੈਪਟਨ ਅਮਰਿੰਦਰ ਸਿੰਘ ਦੀ ਹੈ, ਫੇਲ ਕੈਪਟਨ ਅਮਰਿੰਦਰ ਸਿੰਘ ਹੋਏ ਨੇ, 4.5 ਸਾਲ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਫੇਲ ਹੋਈ ਹੈ, ਪਰ ਜਾਖੜ ਸੁਨੀਲ ਜਾਖੜ ਨੂੰ ਅਹੁਦੇ ਤੋਂ ਕਿਉਂ ਲਾ ਦਿੱਤਾ ਹੈ, ਔਰ ਸਿੱਧੂ ਸਾਹਿਬ ਕੀ ਚੇਂਜ ਲੈ ਕੇ ਆਵਣਗੇ, ਸਾਨੂੰ ਇਹ ਸਮਝ ਨਹੀਂ ਲੱਗੀ। ਪੂਰੀ ਸਟੇਜ ਤੋਂ ਇੱਕ ਦੂਜੇ 'ਤੇ ਕਟਾਕਸ਼ੀ ਹੋਏ ਨੇ, ਇਉਂ ਪ੍ਰਤੀਤ ਹੋ ਰਿਹਾ ਸੀ ਕਿ ਇੱਕ ਦੂਜੇ ਨੂੰ ਸੁਣਾ ਕੇ ਗੱਲ ਹੋ ਰਹੀ, ਇੱਕ ਦੂਜੇ ਨੂੰ ਲਾ ਕੇ ਗੱਲ ਹੋ ਰਹੀ ਹੈ, ਲੋਕਾਂ ਦੀ ਭਲਾਈ ਦੀ ਤਾਂ ਕੋਈ ਗੱਲ ਹੋਈ ਹੀ ਨਹੀਂ। ਸੁਨੀਲ ਜਾਖੜ ਨੇ ਵੀ ਸਟੇਜ ਤੋਂ ਕਿਹਾ ਕਿ ਮੈਂ ਕਿਸੇ ਨੂੰ ਚੈਲੰਜ ਕਰਨ ਨਹੀਂ ਆਇਆ, ਪਰ ਮਜਲਿਸ ਇਹੀ ਹੈ, ਜਿਵੇਂ ਉਹਨਾਂ ਨੇ ਇਹ ਕਿਹਾ ਹੋਵੇ ਕਿ ਪੁਲਾਂ ਥੱਲਿਓਂ ਪਾਣੀ ਲੰਘਣਾ, ਕਿ ਕੱਲ੍ਹ ਮੇਰੇ ਕੋਲ ਅਹੁਦਾ ਸੀ, ਅੱਜ ਨਵਜੋਤ ਸਿੱਧੂ ਕੋਲ ਹੈ, ਅਤੇ ਕੱਲ੍ਹ ਨੂੰ ਕਿਸੇ ਹੋਰ ਕੋਲ ਹੋਣਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਸਭ ਨੂੰ ਜਾਣਦਾ, ਮੈਨੂੰ ਸਭ ਬਾਰੇ ਪਤਾ ਹੈ। ਉਹਨਾਂ ਨੇ ਨਾਮ ਲੈ ਕੇ ਵੀ ਇਸ਼ਾਰਾ ਕੀਤਾ ਕਿ ਮੈਨੂੰ ਪਤਾ ਕੌਣ ਕੀ ਕਰਦਾ ਰਿਹਾ, ਕਿਹੜਾ ਮੇਰੇ ਨਾਲ ਕੀ ਗੱਲਾਂ ਕਰਦਾ ਰਿਹਾ, ਅਤੇ ਭੁਗਤਿਆ ਜਾ ਕੇ ਕਿੱਧਰ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਕਿਹਦੀ ਸ਼ਾਹ ਨਾਲ ਗੱਲ ਚੱਲਦੀ ਸੀ ਅਤੇ ਕਿਹਨੇ ਟਪੂਸੀ ਮਾਰ ਕੇ ਕੇਜਰੀਵਾਲ ਦੇ ਕੋਲ ਜਾਣਾ ਸੀ, ਮੈਨੂੰ ਸਭ ਕੁਝ ਪਤਾ, ਅੱਜ ਮੈਨੂੰ ਨਾ ਰੋਕੋ। ਪਰ ਆਖਿਰ ਵਿੱਚ ਸ਼ੇਰ ਉਹ ਬੋਲ ਕੇ ਗਏ ਨੇ। ਉਮੀਦ ਇਹ ਸੀ ਕਿ ਸਿੱਧੂ ਸਾਹਿਬ ਨਵਾਂ ਸ਼ੇਰ ਬੋਲਣਗੇ, ਪਰ ਸੁਨੀਲ ਜਾਖੜ ਨੇ ਜਿਹੜਾ ਸ਼ੇਰ ਬੋਲਿਆ ਉਹ ਪੜਿਆਂ ਨੂੰ ਉੱਥੇ ਚੁੱਭ ਗਿਆ। ਲੇਕਿਨ ਇਹਨਾਂ ਸਾਰੀਆਂ ਗੱਲਾਂ ਤੋਂ ਵੱਡੀ ਗੱਲ ਜਿਹੜੀ ਸਾਨੂੰ ਅੱਜ ਅਹਿਮ ਖਬਰ ਲੱਗ ਰਹੀ ਉਹ ਇਹ ਹੈ ਕਿ ਸੋਨੂੰ ਸੂਦ ਕੁਦਰਤੀ ਮੋਗੇ ਪਹੁੰਚੇ ਹੋਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਦੋ ਬੱਸਾਂ ਦੀ ਆਪਸ ਵਿੱਚ ਟੱਕਰ ਹੋ ਗਈ ਹੈ, 5 ਲੋਕ ਮਰ ਗਏ ਹਨ, ਕਾਫੀ ਲੋਕ ਫੱਟੜ ਹੋਏ ਹਨ, ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਆਪਣੀ ਰਿਸਪੋਂਸੀਬਿਲਿਟੀ ਸਮਝਦੇ ਹੋਏ ਸੋਨੂੰ ਸੂਦ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚੇ। ਉੱਥੇ ਉਹਨਾਂ ਨੇ ਜਿਹੜੇ ਲੋਕ ਫੱਟੜ ਹੋਏ ਸਨ, ਜਿਹਨਾਂ ਲੋਕਾਂ ਦੀ ਡੈਥ ਹੋ ਗਈ, ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਮਿਲਿਆ, ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ। ਇੱਕ ਨੌਜਵਾਨ ਦੀ ਤਸਵੀਰ ਵੀ ਉਹਨਾਂ ਦੇ ਨਾਲ ਸਾਹਮਣੇ ਆ ਰਹੀ ਸੀ। ਸੋਨੂੰ ਸੂਦ ਨੇ ਕਿਹਾ ਕਿ ਮੈਂ ਬਹੁਤਾ ਕੁਝ ਕਰਨ ਜੋਗਾ ਤਾਂ ਨਹੀਂ, ਪਰ ਫਿਰ ਵੀ 25,000 ਰੁਪਈਆ ਉਹਨਾਂ ਨੂੰ ਦੇਵਾਂਗਾ ਜਿਹੜੇ ਲੋਕ ਫੱਟੜ ਹੋ ਚੁੱਕੇ ਨੇ, ਉਹਨਾਂ ਦੇ ਪਰਿਵਾਰ ਨੂੰ ਮੁਹੱਈਆ ਕਰਵਾਇਆ ਜਾਵੇਗਾ। 50,000 ਰੁਪਏ ਦੀ ਮਾਲੀ ਮਦਦ ਜਿਹੜੇ ਲੋਕਾਂ ਦੇ ਪਰਿਵਾਰਾਂ ਦੇ ਜੀਵ ਵਿਛੋੜਾ ਦੇ ਗਏ ਹਨ ਉਹਨਾਂ ਨੂੰ ਅਸੀਂ ਦੇਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਫੋਨ ਵੀ ਜ਼ਰੂਰ ਸਾਰਿਆਂ ਨੂੰ ਪ੍ਰੋਵਾਈਡ ਕਰਾਂਗੇ, ਕਿਉਂਕਿ ਸੁਣਨ 'ਚ ਆਇਆ ਕਿ ਲੋਕਾਂ ਦੇ ਫੋਨ ਗਵਾ ਚੁੱਕੇ ਹਨ, ਫੋਨ ਨਹੀਂ ਲੱਭ ਰਹੇ। ਸੋ ਦੋਸਤੋ, ਗੱਲ ਉਹੀ ਹੈ ਕਿ ਸਿਆਸੀ ਸਟੇਜਾਂ ਤੋਂ ਸਿਆਸੀ ਗੱਲ ਹੀ ਹੋਈ ਹੈ, ਪਰ ਇਨਸਾਨੀਅਤ ਦੀ ਗੱਲ ਇੱਕ ਅਦਾਕਾਰ ਕਰ ਗਿਆ, ਇੱਕ ਕਲਾਕਾਰ ਕਰ ਗਿਆ। ਤੁਹਾਨੂੰ ਇਹ ਐਪੀਸੋਡ ਕਿਵੇਂ ਲੱਗਾ ਤੁਸੀਂ ਦੱਸ ਸਕਦੇ ਹੋ, ਔਰ ਤੁਹਾਡੇ ਜਿਹੜੇ ਸੁਝਾਵ ਨੇ ਸਾਡੇ ਲਈ ਬਹੁਤ ਵੱਡਮੁੱਲੇ ਹਨ। ਆਖਿਰ 'ਚ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪੰਜਾਬ ਦੀ ਤਰੱਕੀ ਹੋਵੇ, ਇਕੱਲੀ ਕਿਸੇ ਇੱਕ ਪਾਰਟੀ ਦੀ ਨਹੀਂ। ਆਲਦੋ ਪਾਰਟੀ ਕੋਈ ਵੀ ਹੋਵੇ, ਪਾਰਟੀ ਹਮੇਸ਼ਾ ਇਹੀ ਵਾਅਦਾ ਕਰਦੀ ਹੈ, ਚਾਹੇ ਕੋਈ ਪਾਰਟੀ ਹੋਵੇ, ਕਿ ਅਸੀਂ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਾਂ। ਪਰ ਲੋਕ ਵੇਟ ਕਰ ਰਹੇ ਨੇ ਕਿ ਕਦੋਂ ਪਾਰਟੀਆਂ ਆਪਣੇ ਕੀਤੇ ਹੋਏ ਵਾਅਦਿਆਂ 'ਤੇ ਅਮਲ ਕਰਨਗੀਆਂ, ਅਤੇ ਸਾਡੀ ਜਿਹੜੀ ਨੌਜਵਾਨੀ ਆ ਅਤੇ ਜਿਹੜੇ ਸਾਡੇ ਲੋਕ ਬਜ਼ੁਰਗ ਹਨ, ਜਿਹੜੇ ਨੌਜਵਾਨ ਹਨ, ਬਜ਼ੁਰਗ ਹਨ, ਬੱਚੇ ਹਨ, ਉਹਨਾਂ ਨੂੰ ਕਦੋਂ ਕੋਈ ਲਾਭ ਮਿਲੇਗਾ। ਬਹੁਤ ਬਹੁਤ ਸ਼ੁਕਰੀਆ।